फगवाड़े तीन दिन तो होटल विच रह रहा सी नौजवान, होटल दी चादर दे नाल ही ले लिया फाहा। फगवाड़ा शहर दे लॉ गेट विखे स्थित होटल दे विच एक नौजवान ने फाहा लेके अपनी जीवन लीला समाप्त कर ली है। मृतक नौजवान दी पहचान मनी वासी गांडवा कलोनी वजो होई है। इस सारे मामले बारे जानकारी दिंदिया चहेड़ू चौकी दे इंचार्ज बलवीर सिंह ने दस्या कि मृतक हलवाई दा काम करदा सी ते पिछले कुछ दिनों तो लॉ गेट विखे एक होटल विच कमरा लेके रह रहा सी। अगो जानकारी दिंदिया उन्हां दस्या कि जदों पीजी वालियां ने रेंट लैण लई उसदे कमरे विच जाके देखिया तां उसदी लाश पखे नाल लटकदी मिली, जिस तों बाद पुलिस नूं सूचना मिलदे ही मौके ते पहुंची पुलिस ने लाश नूं अपने कब्जे विच लैके अगलेरी कार्रवाई शुरू कर दिती है। उत्थे इक मनी पुत्र हंसराज वासी गढ़वा कलोनी जिहदी उमर करीब 28 साल, ਉਹ ਹਲਵਾਈ ਦਾ ਕੰਮ ਕਰਦਾ ਸੀ ਅਤੇ 8 ਤਰੀਕ ਤੋਂ ਘਰੋਂ ਆਇਆ, ਉਹਨੇ ਰੈਂਟ 'ਤੇ ਕਮਰਾ ਲੈ ਕੇ ਰਹਿ ਰਿਹਾ ਸੀ ਅਤੇ ਅੱਜ ਉਹ ਕਿਤੇ ਪੀ ਜੀ ਵਾਲਿਆਂ ਨੇ ਦੇਖਿਆ ਵੀ ਮੈਂ ਰੈਂਟ ਨੂੰ ਲਵਾਂ, ਮੈਨੂੰ ਰੈਂਟ ਨਹੀਂ ਦਿੱਤਾ। ਉਹਨੇ ਜਾ ਕੇ ਦੇਖਿਆ ਅਤੇ ਉਹਦੀ ਜਿਹੜੀ ਡੈਡ ਬੋਡੀ ਪੱਖੇ ਨਾਲ ਲਟਕਦੀ ਸੀ, ਜਿਹਨੇ ਸਾਨੂੰ ਇਨਫੋਰਮ ਕੀਤਾ। ਅਸੀਂ ਜਾ ਕੇ ਮੌਕਾ ਦੇਖਿਆ, ਹਾਲਾਤ ਉਹੀ, ਉਹਦੇ ਛੱਤ ਦੀ ਬੈੱਡ ਸ਼ੀਟ ਦੀ ਛੱਤ ਪਾੜ ਕੇ ਜਿਹੜੀ ਸ਼ੈਟੀ ਜਿਹੜੀ ਹੁੰਦੀ ਨਾਲ ਬੈੱਡ ਦੇ ਨਾਲ ਉਹ ਰੱਖ ਕੇ ਉੱਪਰ 'ਤੇ ਬੈੱਡ 'ਤੇ ਪੱਖੇ ਨੂੰ ਗੰਢ ਦੇ ਕੇ ਅਤੇ ਸੁਸਾਈਡ ਕੀਤਾ ਸੀ। ਸਰ ਕਾਰਨ ਕੀ ਸਾਹਮਣੇ ਆਇਆ ਸੁਸਾਈਡ ਦਾ? ਕਾਰਨ ਅਜੇ ਤੱਕ ਤਾਂ ਕੋਈ ਨਹੀਂ, ਪਰਿਵਾਰਕ ਮੈਂਬਰ ਅਤੇ ਪਰਿਵਾਰ ਵਾਲੇ ਵੀ ਆਏ ਸੀ, ਉਹਨਾਂ ਨੇ ਵੀ ਪੁੱਛਗਿੱਛ ਕੀਤੀ, ਪਰ ਇਹੋ ਜਿਹੀ ਗੱਲ ਨਹੀਂ ਸਾਹਮਣੇ ਆਈ। ਵੈਸੇ ਉਹਦੇ ਘਰ ਦੇ ਵਰੋਲੀ ਕਰਦੇ ਸੀ ਕਿ ਵੀ ਉਹਦਾ ਜਿਹੜਾ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ, ਉਹਦੇ ਹੋਏ ਸੀ ਕਿ ਸੱਟਾਂ ਸੁੱਟਾਂ ਲੱਗੀਆਂ ਸੀ, ਆਪਰੇਸ਼ਨ ਵਗੈਰਾ ਹੋਏ ਸੀ, ਉਹ ਇਸ ਕਰਕੇ ਹੋ ਸਕਦਾ ਉਹ ਸੁਸਾਈਡ ਕਮਿਟ ਕਰ ਗਿਆ। ਸਰ ਮੈਰਿਡ ਸੀਗਾ ਕਿ ਅਨਮੈਰਿਡ ਸੀਗਾ? ਅਨਮੈਰਿਡ ਸੀ। ਅਤੇ CCTV ਵਗੈਰਾ ਚੈੱਕ ਕੀਤਾ ਤੁਸੀਂ, ਕੋਈ ਆਇਆ ਕੁਛ ਨਾਲ ਕੋਈ? ਚੈੱਕ ਕੀਤੇ, ਇਕੱਲਾ ਹੀ ਆਇਆ ਸੀ, ਇਕੱਲਾ ਹੀ ਰਿਹਾ ਉਹ 2-3 ਦਿਨ। ਅੱਛਾ, 3 ਦਿਨ ਇੱਥੇ ਰਹਿਣ ਲੱਗੋ? ਇੱਥੇ ਰਿਹਾ। ਅਤੇ ਆਪਣੇ ਪ੍ਰੂਫ ਵਗੈਰਾ ਦੇ ਕੇ ਗਿਆ ਪੂਰੇ ਹੋਟਲ ਵਾਲੇ ਨੂੰ? ਹਾਂ, ਉਹਨਾਂ ਨੇ ਜਿਹੜਾ ਆਧਾਰ ਕਾਰਡ ਵਗੈਰਾ ਦਾ ਲਿਆ ਲੈ ਕੇ ਅਤੇ ਫਿਰ ਰੂਮ ਦਿੰਦੇ ਆ। ਸਾਰਿਆਂ ਨੂੰ ਵਾਰਨ ਕੀਤਾ ਵੀ ਕਿਸੇ ਨੂੰ ਬਗੈਰ ਆਈਡੀ ਤੋਂ ਕੋਈ ਰੂਮ ਨਹੀਂ ਦੇਣਾ। ਸਰ ਬ੍ਰਦਰ ਜਿੱਦਾਂ ਮੇਰਾ ਸੀਗਾ ਜੀ, ਉਹਨੇ ਰੋਇਲ PG ਵਿੱਚ ਜਿੱਦਾਂ ਨਾ ਫਾਹਾ ਲੈ ਲਿਆ ਸੀ। ਤੁਹਾਡੇ ਬ੍ਰਦਰ ਦਾ ਨਾਂ ਕੀ ਹੈ ਜੀ? ਮਨੀ ਕੁਮਾਰ। ਮਨੀ ਕੁਮਾਰ, ਕਾਰਨ ਕੀ ਹੈ? ਕਾਰਨ ਕੀ ਹੈ ਫਾਹਾ ਲੈਣ ਦਾ? ਕਾਰਨ ਜੀ, ਹੁਣ ਵੈਸੇ ਉਹਦਾ ਸਰੀਰ ਵੀ ਠੀਕ ਨਹੀਂ ਸੀਗਾ, ਕਾਰਨ ਵੈਸੇ ਲੜਾਈ ਝਗੜਾ ਕੋਈ ਗੱਲਬਾਤ ਨਹੀਂ ਸੀਗਾ। ਕਿੰਨੀ ਉਮਰ ਹੈ ਭਾਜੀ ਬ੍ਰਦਰ? ਉਹਦੀ ਉਮਰ ਜੀ 28 ਸਾਲ ਦੀ ਸੀਗੀ। 28 ਸਾਲ ਦੀ? ਮੈਰਿਜ ਹੋਈ ਉਹਦੀ? ਨਹੀਂ, ਮੈਰਿਜ ਨਹੀਂ ਹੋਈ। ਕੀ ਕੰਮ ਕਾਰ ਕਰਦਾ ਸੀ ਜੀ? ਕੰਮ ਕਾਰ ਜੀ ਹਲਵਾਈ ਦਾ ਕੰਮ ਕਰਦਾ। ਆਪਾਂ ਨੂੰ ਤਲਾਕ ਕਿੰਨੇ ਵਜੇ ਮਿਲੀ ਹੈ? ਸਾਨੂੰ ਅੱਜ 2:30 ਵਜੇ ਪਤਾ ਲੱਗਾ ਜੀ। ਅੱਛਾ, ਕਮਰਾ ਕਿਉਂ ਲੈਣ ਗਿਆ ਬਾਹਰ ਆਏ PG ਦੇ ਵਿੱਚ ਜਾ ਕੇ 3 ਦਿਨ? ਕਹਿੰਦੇ ਕਮਰਾ ਲੈਣੇ ਉੱਤੇ ਪਹਿਲਾਂ ਵੀ ਉਹ 1-2 ਦਿਨ ਜਿਹਦਾ ਫਰੈਂਡ ਦੇ ਨਾਲ ਆਪਣੇ ਨਾਲ ਚੱਲ ਜਾਂਦਾ ਸੀਗਾ ਇੱਧਰ ਉੱਧਰ, ਅਤੇ ਇਸ ਕਰਕੇ ਵੀ ਅਸੀਂ ਫੋਨ ਫਾਨ ਕਾਲ ਕੀਤੇ ਸੀਗੇ, ਚੁੱਕਿਆ ਨਹੀਂ ਉਹਨਾਂ ਨੂੰ ਫੋਨ ਫਾਨ। ਜਦੋਂ ਇਸ ਵਾਰ ਗਿਆ ਵਾ ਫਰੈਂਡ ਨਾਲ ਹੀ ਗਿਆ ਜਾਂ ਇਕੱਲਾ ਹੀ ਗਿਆ ਰੂਮ ਦੇ ਵਿੱਚ? ਨਹੀਂ, ਹੁਣ ਐਤਕੀ ਇਕੱਲੇ ਗਿਆ ਸੀ, ਵੀਡੀਓ ਦੇਖ ਕੇ ਆਏ ਹਾਂ ਤਾਂ ਇਕੱਲਾ ਹੀ ਸੀਗਾ ਜੀ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।